ਮਲੇਰਕੋਟਲਾ ਗਰੇਵਾਲ ਚੌਂਕ ਵਿਖੇ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੇ ਮੋਟੀਵੇਟਰਾਂ ਅਤੇ ਮਾਸਟਰ ਮੋਟੀਵੇਟਰਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਸੂਬਾ ਪੱਧਰੀ ਰੋਸ ਧਰਨਾ ਦਿੱਤਾ। ਗੱਲਬਾਤ ਦੇ ਦੌਰਾਨ ਵਿਕਰਮ ਸਿੰਘ ਫਿਰੋਜ਼ਪੁਰ, ਕੁਲਦੀਪ ਸਿੰਘ ਬਰਨਾਲਾ ਅਤੇ ਮੈਡਮ ਰਮਨਦੀਪ ਕੌਰ ਫਤਿਹਗੜ੍ਹ ਸਾਹਿਬ ਨੇ ਦੱਸਿਆ ਕਿ ਉਹਨਾਂ ਅਜੇ ਧਰਨਾ ਮਹੀਨਾਵਾਰ ਵਾਜਬੀ ਤਨਖਾਹ ਲਾਗੂ ਕਰਨ ਅਤੇ ਬਿਨਾਂ ਕਿਸੇ ਸ਼ਰਤ ਤਜਰਬੇ ਦੇ ਆਧਾਰ ਤੇ ਮਹਿਕਮੇ ਵਿੱਚ ਪੱਕਾ ਕਰਨ ਦੀ ਮੰਗ ਨੂੰ ਲੈ ਕੇ ਦਿੱਤਾ ਹੈ। ਆਗੂਆਂ ਨੇ ਦੱਸਿਆ ਕਿ ਜੇਕਰ ਇਸ ਧਰਨੇ ਦੇ ਵਿੱਚ ਉਹਨਾਂ ਨਾਲ ਕੋਈ ਗੱਲਬਾਤ ਕਰਨ ਨਹੀਂ ਆਉਂਦਾ ਤਾਂ ਇਹ ਧਰਨਾ ਅਣਮਿੱਥੇ ਸਮੇਂ ਲਈ ਚੱਲੇਗਾ। ਉਹਨਾਂ ਵੀ ਕਿਹਾ ਕਿ ਉਹਨਾਂ ਦੇ ਵੱਲੋਂ ਸਮੁੱਚੇ ਪੰਜਾਬ ਦੇ ਵਿੱਚ 15 ਅਗਸਤ ਵਾਲੇ ਦਿਨ ਝੰਡੇ ਲਹਿਰਾਉਣ ਵਾਲੇ ਮੰਤਰੀਆਂ ਦਾ ਘਿਰਾਓ ਵੀ ਕੀਤਾ ਜਾਵੇਗਾ। ਇਸ ਮੌਕੇ ਧਰਨਾਕਾਰੀਆਂ ਦੇ ਵੱਲੋਂ ਜ਼ਬਰਦਸਤ ਨਾਅਰੇਬਾਜ਼ੀ ਕੀਤੀ ਗਈ। ਮੋਟੀਵੇਟਰ ਵਰਕਰ ਐਸੀ ਜੀ ਜਲ ਸਪਲਾਈ ਮਹਿਕਮੇ ਦੇ ਵਿੱਚ, ਕਿਹੜੀਆਂ ਮੰਗਾਂ ਨੂੰ ਲੈ ਕੇ ਤੁਹਾਨੂੰ ਆਏ ਹੋ? ਸਰ, ਸਾਡੀ ਇੱਕੋ ਮੰਗ ਹੈ ਜੀ, ਸਾਨੂੰ ਮਹੀਨਾਵਾਰ ਵਾਜਬੀ ਤਨਖਾਹ ਦਿੱਤੀ ਜਾਵੇ, ਜੋ ਸਾਨੂੰ ਪਿਛਲੇ 5 ਸਾਲਾਂ ਤੋਂ ਬਿਲਕੁਲ ਨਹੀਂ ਮਿਲ ਰਹੀ। ਅਸੀਂ ਇਨਸੈਂਟਿਵ ਬੇਸ ਤੇ ਕੰਮ ਕਰ ਰਹੇ ਹਾਂ। ਫਿਰ ਇੱਥੇ ਹੁਣ ਕੋਈ ਆਇਆ ਤੁਹਾਡੀ ਮੰਗ ਸੁਣਨ? ਨਹੀਂ ਸਰ, ਹਲੇ ਫਿਲਹਾਲ ਕੋਈ ਨਹੀਂ ਆਇਆ ਜੀ। 16 ਤਰੀਕ ਦੀ ਗੱਲ ਚੱਲ ਰਹੀ ਜੀ? 16 ਤਰੀਕ ਦਾ ਸਾਨੂੰ ਪ੍ਰਸ਼ਾਸਨ ਵੱਲੋਂ ਹਲੇ ਲਿਖਤੀ 'ਚ ਦਿੱਤਾ ਨਹੀਂ ਗਿਆ। ਸਾਨੂੰ ਕਹਿ ਰਹੇ ਹਾਂ ਵੀ ਤੁਹਾਨੂੰ ਮੀਟਿੰਗ ਦਿੰਦੇ ਹਾਂ ਰਜੀਆ ਮੈਡਮ ਨਾਲ, ਪਰ ਹਲੇ ਲਿਖਤੀ 'ਚ ਕੁਛ ਨਹੀਂ ਆਇਆ ਸਾਡੇ ਕੋਲ। ਜੇ ਮਤਲਬ ਕੋਈ ਗੱਲਬਾਤ ਨਹੀਂ ਹੁੰਦੀ, ਫਿਰ ਅਸੀਂ ਪੱਕੇ ਇੱਥੇ ਹਾਂ ਜੀ 15 ਤਰੀਕ ਤੱਕ, 15 ਅਗਸਤ ਤੱਕ, ਕਿਉਂਕਿ 15 ਅਗਸਤ ਨੂੰ ਅਸੀਂ ਨੋਟਿਸ ਦਿੱਤਾ। ਅਗਰ 15 ਤਰੀਕ ਨੂੰ ਮੈਡਮ ਇੱਥੇ ਝੰਡਾ ਚਲਾਉਂਦੀ ਹੈ ਤਾਂ ਅਸੀਂ ਇੱਧਰ ਆਪਣੀਆਂ ਜਾਨਾਂ ਦੇਵਾਂਗੇ, ਕਿਉਂਕਿ ਅਸੀਂ ਬੇਰੁਜ਼ਗਾਰ ਹਾਂ, ਸਾਡੇ ਕੋਲ ਕੁਛ ਨਹੀਂ ਹੈਗਾ ਹੁਣ ਦੇਣ ਲਈ। ਹੁਣ ਇਹ ਮਲੇਰਕੋਟਲਾ ਲੈਵਲ ਦਾ ਧਰਨਾ ਕਿ ਪੂਰੇ ਪੰਜਾਬ ਦਾ ਜੀ? ਪੂਰੇ ਪੰਜਾਬ ਦਾ, ਹਾਂਜੀ, ਪੰਜਾਬ ਲੈਵਲ ਦਾ। ਇਹ ਤੋਂ ਵੱਧ ਗਿਣਤੀ ਹੋਊਗੀ, ਹਾਲੇ ਫਿਲਹਾਲ ਸ਼ੁਰੂਆਤ ਹੈ। ਮੇਰਾ ਨਾਮ ਵਿਕਰਮ ਸਿੰਘ ਹੈ ਜੀ, ਫਿਰੋਜ਼ਪੁਰ ਤੋਂ ਅਸੀਂ ਆਏ ਹਾਂ ਜੀ, ਬਾਰਡਰ ਪੱਟੀ ਤੋਂ। ਅੱਛਾ, ਕੀ ਮੰਗਾਂ ਨੂੰ ਲੈ ਕੇ ਅੱਜ ਤੁਹਾਨੂੰ ਆਏ ਸੀ? ਅਸੀਂ ਲਗਾਤਾਰ 5 ਸਾਲ ਤੋਂ ਮਹਿਕਮੇ ਦੇ ਵਿੱਚ ਕੰਮ ਕਰ ਰਹੇ ਹਾਂ ਜੀ, ਐਜ ਏ ਮੋਟੀਵੇਟਰ। ਸਵੱਛ ਭਾਰਤ ਮਿਸ਼ਨ ਦੇ ਵਿੱਚ ਅਸੀਂ ਕੰਮ ਕੀਤਾ ਆ, ਪਰ ਸਾਨੂੰ ਮਹਿਕਮੇ ਵੱਲੋਂ ਨਾ ਤਾਂ ਕੋਈ ਤਨਖਾਹ ਦਿੱਤੀ ਜਾਂਦੀ ਹੈ ਜੀ, ਸਿਰਫ ਅਫਸਰਸ਼ਾਹੀ ਦੇ ਨਾਂ 'ਤੇ ਸਾਡੇ ਕੋਲ 12-12 ਘੰਟੇ ਸਿਰਫ ਕੰਮ ਹੀ ਲਿਆ ਜਾਂਦਾ। ਸਾਡੀ ਹੁਣ ਇਹ ਮੰਗ ਹੈ ਜੀ, ਸਾਨੂੰ ਜਿਹੜੀ ਮਹੀਨਾਵਾਰ ਪੱਕੀ ਤਨਖਾਹ ਦਿੱਤੀ ਜਾਵੇ ਅਤੇ ਸਾਨੂੰ ਮਹਿਕਮੇ 'ਚ ਮਰਜ ਕੀਤਾ ਜਾਵੇ ਜੀ। ਅਤੇ ਹੁਣ ਇਹ ਪੰਜਾਬ ਲੈਵਲ ਦਾ ਧਰਨਾ? ਹਾਂਜੀ, ਹੁਣ ਅਸੀਂ ਪੰਜਾਬ ਲੈਵਲ ਤੋਂ ਮੋਟੀਵੇਟਰ ਇੱਥੇ ਪਹੁੰਚੇ ਹਾਂ ਜੀ, ਹਾਲੇ ਸਾਡੇ ਪੂਰੇ ਜਿਹੜੇ ਮੋਟੀਵੇਟਰ ਨਹੀਂ ਪਹੁੰਚੇ ਗਏ, ਸਿਰਫ ਅੱਜ ਇੱਕ ਮੀਟਿੰਗ ਦੇ ਤੌਰ 'ਤੇ ਹੀ ਮੋਟੀਵੇਟਰ ਬੁਲਾਏ ਗਏ ਆ। ਔਰ 15 ਤਰੀਕ ਨੂੰ ਅਸੀਂ ਪੰਜਾਬ ਲੈਵਲ ਦੇ ਜਿੰਨੇ ਵੀ ਸਾਡੇ ਹੈਗੀ ਸਟਰੈਂਥ, ਅਸੀਂ ਸਾਰੇ ਉਰੇ ਆ ਕੇ ਇੱਥੇ ਰਜ਼ੀਆ ਸੁਲਤਾਨਾ ਦਾ ਘਿਰਾਓ ਕਰਾਂਗੇ, ਅਸੀਂ ਉਹਨਾਂ ਦਾ ਵਿਰੋਧ ਕਰਾਂਗੇ ਜੀ। ਧਰਨਾ ਹੁਣ ਇਹ ਸਰ ਧਰਨਾ ਲਗਾਤਾਰ ਸਾਡਾ ਜਾਰੀ ਰਹੂਗਾ, ਜੇਕਰ ਸਾਨੂੰ ਅੱਜ ਕੋਈ ਪ੍ਰਸ਼ਾਸਨ ਵੱਲੋਂ ਜਾਂ ਮਹਿਕਮੇ ਵੱਲੋਂ ਜਾਂ ਇੱਥੋਂ ਦੀ ਜਿਹੜੀ ਮੰਤਰੀ ਆ ਜਲ ਸਪਲਾਈ ਸੈਨੀਟੇਸ਼ਨ ਵਿਭਾਗ ਦੀ, ਸਾਨੂੰ ਲਿਖਤੀ ਰੂਪ ਦੇ ਵਿੱਚ ਨਹੀਂ ਕੋਈ ਆਸ਼ਵਾਸਨ ਦਿੱਤਾ ਜਾਂਦਾ ਉਹਨਾਂ ਵੱਲੋਂ, ਤਾਂ ਸਾਡਾ ਜਿਹੜਾ ਧਰਨਾ ਫਿਰ ਅਸੀਂ 15 ਤਰੀਕ ਤੱਕ ਲਗਾਤਾਰ ਹੀ ਧਰਨਾ ਜਾਰੀ ਰੱਖਾਂਗੇ। ਅਦਰਵਾਈਜ਼ ਅਸੀਂ ਅੱਜ ਜਿਹੜਾ ਧਰਨਾ ਸਾਨੂੰ ਲਿਖਤੀ ਰੂਪ ਵਿੱਚ ਸਾਨੂੰ ਕੋਈ ਮੀਟਿੰਗ ਟੇਬਲ ਟਾਕ ਦਾ ਮੌਕਾ ਮਿਲਦਾ ਆ, ਫਿਰ ਅਸੀਂ ਅੱਜ ਆਪਣਾ ਧਰਨਾ ਚੱਕਾਂਗੇ। ਜੇਕਰ ਸਾਡਾ ਮੀਟਿੰਗ ਦਾ ਬੇਸਿੱਟਾ ਨਿਕਲਦੀ ਹੈ ਮੀਟਿੰਗ, 15 ਤਰੀਕ ਨੂੰ ਅਸੀਂ ਫਿਰ ਇੱਥੇ ਜਿਹੜਾ ਬਹੁਤ ਹੀ ਤਕੜਾ ਵਿਰੋਧ ਪ੍ਰਦਰਸ਼ਨ ਜਿਹੜਾ ਸਾਡੇ ਦੁਆਰਾ ਕੀਤਾ ਜਾਊਗਾ।